ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਦੇ ਉੱਤੇ, ਜਿਸ ਦਾ ਨਾਮ ਹੈ ਸੀ ਪੰਜਾਬੀ ਸਟੋਰੀਜ਼। ਅੱਜ ਤੁਹਾਡੇ ਲਈ ਲੈ ਕੇ ਆਏ ਇੱਕ ਨਵਾਂ ਕਨਸੈਪਟ। ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ 'ਤੇ ਤੁਸੀਂ 500 ਤੋਂ ਉੱਪਰ ਲਾਈਕ ਕੀਤੇ, ਤਾਂ ਇਦਾਂ ਦੇ ਹੀ ਕਨਸੈਪਟ ਆਪਾਂ ਅੱਗੇ ਤੋਂ ਵੀ ਲੈ ਕੇ ਆਵਾਂਗੇ। ਆਪਣੇ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਸ਼ੁਰੂ ਕਰਨ ਲੱਗੇ ਅੱਜ ਦੀ ਕਹਾਣੀ। ਜੋਤੀ ਆਪਣੇ ਮਾਤਾ ਪਿਤਾ ਦੀ ਬਹੁਤ ਪਿਆਰੀ ਸੀ। ਉਹ ਤਿੰਨ ਵੱਡੇ ਭਰਾਵਾਂ ਦੀ ਇਕਲੌਤੀ ਭੈਣ ਸੀ। ਉਹ ਜੋ ਕੁਝ ਵੀ ਮੰਗਦੀ ਉਹ ਉਸ ਵੇਲੇ ਉਸਦੇ ਸਾਹਮਣੇ ਪੇਸ਼ ਹੋ ਜਾਂਦਾ। ਸਾਰੇ ਘਰ ਵਿੱਚ ਉਸਦਾ ਪੂਰਾ ਜ਼ਿਆਦਾ ਰੋਹ ਸੀ। ਜੋਤੀ ਰਾਜਕੁਮਾਰੀ ਵਾਂਗ ਪੂਰੇ ਪਰਿਵਾਰ ਅਤੇ ਨੌਕਰਾਂ 'ਤੇ ਹੁਕਮ ਚਲਾਉਂਦੀ ਸੀ। ਕਾਲਜ ਵਿੱਚ ਵੀ ਉਹ ਪੂਰੇ ਰੋਹ ਨਾਲ ਰਹਿੰਦੀ ਸੀ। ਉਹ ਵੱਡੇ ਘਰ ਦੀ ਲਾਡਲੀ ਅਤੇ ਬਹੁਤ ਜ਼ਿਆਦਾ ਪਿਆਰੀ ਧੀ ਸੀ। ਕਾਲਜ ਵਿੱਚ ਹਰ ਕੋਈ ਉਸਦੇ ਗਲੈਮਰ ਨੂੰ ਦੇਖ ਕੇ ਵੱਡੀ ਕਾਰ ਵਿੱਚ ਆਉਣਾ ਜਾਣਾ, ਨਿੱਤ ਨਵਾਂ ਫੈਸ਼ਨ ਦੇਖ ਕੇ ਉਸ ਨਾਲ ਦੋਸਤੀ ਕਰਨਾ ਚਾਹੁੰਦਾ ਸੀ। ਕੁਝ ਹੀ ਦਿਨਾਂ ਵਿੱਚ ਉਸਨੇ ਕਈ ਦੋਸਤ ਬਣਾ ਲਏ। ਪੂਰੇ ਕਾਲਜ ਵਿੱਚ ਇੱਕ ਵੱਖਰੀ ਪਹਿਚਾਣ ਸੀ। ਇੰਨੀ ਦਿਨੀ ਉਹਨਾਂ ਦੇ ਘਰ ਜੋਤੀ ਵਾਸਤੇ ਇੱਕ ਰਿਸ਼ਤਾ ਆਇਆ। ਉਹ ਚੰਗੇ ਖਾਨਦਾਨ ਤੋਂ ਸਨ ਅਤੇ ਪਿਤਾ ਉਹਨਾਂ ਨਾਲ ਪੁਰਾਣੀ ਜਾਣ ਪਛਾਣ ਸੀ। ਜੋਤੀ ਨਾਲ ਕੋਈ ਜ਼ਬਰਦਸਤੀ ਨਹੀਂ ਸੀ ਕੀਤੀ ਗਈ। ਜੋਤੀ ਆਪਣੀ ਫੈਮਿਲੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਅਤੇ ਉਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੀ ਸੀ। ਫਿਰ ਜੋਤੀ ਨੇ ਵੀ ਹਾਂ ਵਿੱਚ ਹੀ ਸਿਰ ਹਿਲਾਇਆ। ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੀ ਸੀ। ਉਹ ਜਾਣਦੀ ਸੀ ਕਿ ਉਹ ਲੋਕ ਸਿਰਫ ਉਸ ਬਾਰੇ ਚੰਗਾ ਸੋਚਣਗੇ। ਮੁੰਡੇ ਦਾ ਨਾਂ ਦੀਪ ਸੀ। ਉਹ ਬਹੁਤ ਪੜ੍ਹਿਆ ਲਿਖਿਆ ਅਤੇ ਸਮਝਦਾਰ ਲੜਕਾ ਸੀ। ਸਹੁਰੇ ਵਾਲੇ ਵੀ ਬਹੁਤ ਚੰਗੇ ਸਨ। ਸਹੁਰੇ ਘਰ ਵਿੱਚ ਜੋਤੀ ਦੀ ਥਾਂ ਉਹੀ ਸੀ ਜਿਵੇਂ ਮਾਇਕੇ ਘਰ ਵਿੱਚ ਸੀ। ਉਸ ਦੀ ਸਲਾਹ ਤੋਂ ਬਿਨਾਂ ਕੋਈ ਕੰਮ ਨਹੀਂ ਸੀ ਹੁੰਦਾ। ਉਹ ਸਭ ਦੀ ਲਾਡਲੀ ਨੂੰ ਬਣ ਗਈ ਸੀ। ਫਿਰ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ। ਪੋਤਾ ਮਿਲਣ ਤੋਂ ਬਾਅਦ ਸਹੁਰੇ ਵਾਲੇ ਬਹੁਤ ਖੁਸ਼ ਸਨ। ਜੋਤੀ ਕਈ ਵਾਰ ਸੋਚਦੀ ਹੈ ਕਿ ਉਹ ਇੰਨੀ ਖੁਸ਼ਕਿਸਮਤ ਹੈ, ਹਰ ਕੋਈ ਉਸ ਨੂੰ ਬਹੁਤ ਪਿਆਰ ਕਰਦਾ ਹੈ। ਜ਼ਿੰਦਗੀ ਵਿੱਚ ਕੋਈ ਵੀ ਸਮਾਂ ਆਵੇ, ਮੇਰੇ ਪਿਆਰੇ ਹਮੇਸ਼ਾ ਮੇਰੇ ਨਾਲ ਹਨ। ਮੈਂ ਕਦੇ ਵੀ ਇਕੱਲੀ ਨਹੀਂ ਹੋ ਸਕਦੀ। ਮੈਂ ਕਿੰਨੀ ਖੁਸ਼ਕਿਸਮਤ ਹਾਂ। ਪਰ ਸ਼ਾਇਦ ਜੋਤੀ ਦੀ ਖੁਸ਼ੀ ਨੂੰ ਉਸ ਦੀ ਹੀ ਨਜ਼ਰ ਲੱਗ ਗਈ। ਇੱਕ ਦਿਨ ਉਸ ਨੇ ਆਪਣੇ ਮਾਇਕੇ ਘਰ ਜਾਣ ਦੀ ਬਹੁਤ ਜ਼ਿੱਦ ਕੀਤੀ। ਦੀਪ ਕੋਲ ਬਹੁਤ ਜ਼ਿਆਦਾ ਕੰਮ ਸੀ, ਪਰ ਉਹ ਫਿਰ ਵੀ ਉਸਨੂੰ ਉਸਦੇ ਮਾਇਕੇ ਲੈ ਗਿਆ। ਰਸਤੇ ਵਿੱਚ ਉਹਨਾਂ ਦੀ ਥਾਰ ਦਾ ਐਕਸੀਡੈਂਟ ਹੋ ਗਿਆ। ਜੋਤੀ, ਦੀਪ ਅਤੇ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਕਈ ਦਿਨਾਂ ਦੇ ਇਲਾਜ ਤੋਂ ਬਾਅਦ ਦੀਪ ਅਤੇ ਬੱਚਾ ਠੀਕ ਹੋ ਗਏ, ਪਰ ਜੋਤੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੀ। ਸਿਰ 'ਤੇ ਸੱਟ ਲੱਗਣ ਕਾਰਨ ਉਹਦੀ ਅੱਖ ਦੀ ਰੋਸ਼ਨੀ ਚਲੀ ਗਈ। ਹੁਣ ਜੋਤੀ ਦੀ ਕਿਸਮਤ ਉਲਟਾ ਦੌੜਨ ਲੱਗੀ। ਮਾਇਕੇ ਵਾਲੇ ਉਸਨੂੰ ਮਿਲਣ ਆਉਂਦੇ ਰਹਿੰਦੇ ਸਨ, ਫਿਰ ਕਦੇ ਕਦੇ ਫੋਨ ਕਰਕੇ ਪੁੱਛਦੇ ਕਿ ਹੁਣ ਕਿਵੇਂ ਆ। ਹੌਲੀ ਹੌਲੀ ਰਿਆਣ ਘੱਟ ਗਿਆ, ਸਹੁਰਿਆਂ ਦੀ ਹਮਦਰਦੀ ਵੀ ਘੱਟ ਗਈ। ਜੇ ਉਹ ਘਰ ਵਿੱਚ ਕਿਸੇ ਨੂੰ ਆਪਣੇ ਨੇੜੇ ਬੈਠਣ ਲਈ ਕਹਿੰਦੀ ਤਾਂ ਉਸਨੂੰ ਜਵਾਬ ਮਿਲਦਾ ਕਿ ਬਹੁਤ ਕੰਮ ਹੈ, ਹੁਣ ਤੁਸੀਂ ਵੀ ਮਦਦ ਨਹੀਂ ਕਰ ਸਕਦੇ। ਦੀਪ ਵੀ ਚਿੜਚਿੜਾ ਹੋ ਗਿਆ। ਜੋਤੀ ਕੋਲ ਸਿਰਫ ਉਹਦਾ ਬੱਚਾ ਹੀ ਹੁੰਦਾ ਸੀ ਜਿਸ ਨਾਲ ਉਹ ਹੱਥ ਦੇ ਖੇਡਦੇ ਸਮਾਂ ਬਿਤਾਉਂਦੀ। ਇੱਕ ਦਿਨ ਜੋਤੀ ਦੇ ਹੱਥ 'ਚੋਂ ਕੋਈ ਚੀਜ਼ ਡਿੱਗ ਗਈ, ਜਿਸ ਕਾਰਨ ਬੱਚੇ ਨੂੰ ਮਾਂ ਵਾਲੀ ਸੱਟ ਲੱਗ ਗਈ। ਉਸਦੀ ਸੱਸ ਅਤੇ ਸਹੁਰੇ ਨੇ ਬੱਚੇ ਨੂੰ ਉਸ ਤੋਂ ਵੱਖ ਕਰ ਦਿੱਤਾ ਤਾਂ ਜੋ ਉਸਦੇ ਅੰਧੇਪਣ ਕਾਰਨ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ। ਜੋਤੀ ਅੰਦਰੋਂ ਟੁੱਟ ਗਈ। ਇੱਕ ਦਿਨ ਜਦੋਂ ਉਸਨੇ ਸਾਰਿਆਂ ਦੇ ਸਾਹਮਣੇ ਆਪਣੇ ਮਾਇਕੇ ਘਰ ਜਾਣ ਦੀ ਖ਼ਬਰ ਕਟਾਈ ਤਾਂ ਦੀਪ ਨੇ ਤੁਰੰਤ ਉਸਨੂੰ ਉਸਦੇ ਮਾਇਕੇ ਘਰ ਛੱਡ ਦਿੱਤਾ, ਜਿਵੇਂ ਉਹ ਵੀ ਇਹੀ ਚਾਹੁੰਦਾ ਸੀ। ਪਰ ਬੱਚੇ ਨੂੰ ਉਸਦੇ ਨਾਲ ਨਹੀਂ ਭੇਜਿਆ ਗਿਆ। ਜੋਤੀ ਕਦੇ ਵੀ ਬੱਚੇ ਤੋਂ ਦੂਰ ਨਹੀਂ ਸੀ। ਉਸਨੇ ਬੱਚੇ ਨੂੰ ਲਿਆਉਣ ਦੀ ਬਹੁਤ ਜ਼ਿੱਦ ਨਹੀਂ ਕੀਤੀ। ਜੋਤੀ ਨੂੰ ਲੱਗਾ ਕਿ ਉਹ 5-7 ਦਿਨ ਉੱਥੇ ਰਹੇਗੀ ਤਾਂ ਉਸਦਾ ਮਨ ਥੋੜ੍ਹਾ ਠੀਕ ਹੋ ਜਾਵੇਗਾ, ਕਿਉਂਕਿ ਉਹ ਇੰਨੇ ਦਿਨਾਂ ਤੋਂ ਕਿਤੇ ਬਾਹਰ ਨਹੀਂ ਗਈ ਸੀ। ਪਰਿਵਾਰ ਵਾਲੇ ਵੀ ਉਸਨੂੰ ਇੰਨੇ ਦਿਨਾਂ ਬਾਅਦ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਣਗੇ। ਜਦੋਂ ਜੋਤੀ ਘਰ ਪਹੁੰਚੀ ਤਾਂ ਸਾਰੇ ਉਸ ਨੂੰ ਦੇਖ ਕੇ ਬਹੁਤ ਖੁਸ਼ ਸਨ। ਖਾਣੇ ਵਿੱਚ ਹਰ ਚੀਜ਼ ਉਸ ਦੀ ਪਸੰਦ ਅਨੁਸਾਰ ਹੀ
ਬਣਾਈ ਗਈ ਸੀ। ਉਸ ਨੇ ਆਪਣੇ ਮਾਤਾ ਪਿਤਾ ਅਤੇ ਭੈਣ ਭਰਾਵਾਂ ਨਾਲ ਖੁੱਲ੍ਹ ਕੇ ਗੱਲ ਕੀਤੀ। ਉਹਨਾਂ ਦੇ ਛੋਟੇ ਛੋਟੇ ਬੱਚਾ ਵੀ ਭੂਆ ਨਾਲ ਰਲ ਗਈ। ਰਾਤ ਨੂੰ ਜਦੋਂ ਉਹ ਸੌਣ ਵੇਲੇ ਕੱਪੜੇ ਬਦਲਣ ਲੱਗੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਬੈਗ ਬਹੁਤ ਭਰਿਆ ਹੋਇਆ ਸੀ। ਉਹ ਸਭ ਕੁਝ ਸਮਝ ਗਈ। ਉਹ ਬਹੁਤ ਉਦਾਸ ਹੋ ਗਈ। ਕੁਝ ਦਿਨ ਸਭ ਕੁਝ ਠੀਕ ਰਿਹਾ, ਫਿਰ ਸਭ ਕੁਝ ਬਦਲਣ ਲੱਗਾ। ਸਾਰਿਆਂ ਦਾ ਵਿਹਾਰ ਬਦਲ ਰਿਹਾ ਸੀ। ਉਹ ਲੋਕ ਇਸ ਤੋਂ ਥੱਕ ਗਏ ਸਨ। ਹਰ ਕੋਈ ਪੁੱਛਦਾ ਫਿਰਦਾ ਕਿ ਦੀਪ ਕਦੋਂ ਲੈਣ ਆ ਰਿਹਾ ਹੈ। ਉਹ ਬਹਾਨੇ ਬਣਾ ਲੈਂਦੀ, ਜਦੋਂ ਕਿ ਉਹ ਜਾਣਦੀ ਸੀ ਕਿ ਹੁਣ ਉਸ ਦਾ ਘਰ ਵਿੱਚ ਉਸ ਲਈ ਕੋਈ ਥਾਂ ਨਹੀਂ ਹੈ। ਇੱਕ ਦਿਨ ਇੱਕ ਕੀਮਤੀ ਫੁੱਲਦਾਨ ਉਸਦੇ ਹੱਥ ਲੱਗਣ ਨਾਲ ਟੁੱਟ ਗਿਆ। ਛੋਟੀ ਭਰਜਾਈ ਨੇ ਕਾਫੀ ਜ਼ਿਆਦਾ ਹੰਗਾਮਾ ਕੀਤਾ। ਜੋਤੀ ਨੇ ਮਾਤਾ ਪਿਤਾ ਰੋਜ਼ਾਨਾ ਦੀਆਂ ਪਰੇਸ਼ਾਨੀਆਂ ਤੋਂ ਤੰਗ ਆ ਚੁੱਕੇ ਸਨ। ਉਹਨਾਂ ਨੇ ਜੋਤੀ ਨੂੰ ਲਿਜਾਣ ਲਈ ਦੀਪ ਨੂੰ ਖੁਦ ਫੋਨ ਕਰ ਦਿੱਤਾ। ਦੀਪ ਉਸ ਨੂੰ ਆਪਣੇ ਘਰ ਲੈ ਗਿਆ। ਜੋਤੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਤੋਂ ਇਹ ਉਮੀਦ ਨਹੀਂ ਸੀ, ਜਿਸ ਤੋਂ ਬਿਨਾਂ ਘਰ ਦਾ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਸੀ। ਉਹ ਹੁਣ ਉਸ ਘਰ ਲਈ ਬੋਝ ਬਣ ਗਈ ਸੀ। ਦੀਪ ਦੇ ਨਾਲ ਸਹੁਰੇ ਘਰ ਆ ਕੇ ਉਹ ਬਹੁਤ ਖੁਸ਼ ਸੀ, ਕਿਉਂਕਿ ਉਹ ਆਪਣੇ ਜਿਗਰ ਦੇ ਟੁਕੜੇ ਲਈ ਆਪਣੇ ਘਰ ਜਾ ਰਹੀ ਸੀ। ਪਰ ਇਹ ਖੁਸ਼ੀ ਵੀ ਕੁਝ ਪਲਾਂ ਲਈ ਹੀ ਸੀ। ਸਾਰੇ ਪ੍ਰਬੰਧ ਪਹਿਲਾਂ ਹੀ ਕਰ ਲਏ ਗਏ ਸਨ। ਜੋਤੀ ਨੂੰ ਸਿੱਧਾ ਉੱਪਰਲੇ ਕਮਰੇ ਵਿੱਚ ਲੈ ਜਾਇਆ ਗਿਆ। ਬੱਚੇ ਤੋਂ ਦੂਰ ਰਹਿਣ ਦੀ ਸਖਤ ਚੇਤਾਵਨੀ ਦਿੱਤੀ ਗਈ। ਰਜਨੀ ਨਾਂ ਦੀ ਨੌਕਰਾਣੀ ਨੂੰ ਉਸ ਦੀ ਜ਼ਿੰਮੇਵਾਰੀ ਸੌਂਪੀ ਗਈ, ਜੋ ਉਸ ਦੀਆਂ ਲੋੜਾਂ ਜਿਵੇਂ ਭੋਜਨ ਅਤੇ ਕੱਪੜੇ ਦਾ ਧਿਆਨ ਰੱਖਦੀ ਸੀ। ਜੋਤੀ ਜ਼ਿਆਦਾਤਰ ਚੁੱਪ ਹੀ ਰਹਿੰਦੀ, ਕਈ ਵਾਰ ਨੌਕਰਾਣੀ ਨਾਲ ਥੋੜ੍ਹੀ ਜਿਹੀ ਗੱਲਬਾਤ ਕਰ ਲੈਂਦੀ, ਬੱਚੇ ਬਾਰੇ ਉਸ ਤੋਂ ਪੁੱਛ ਲੈਂਦੀ। ਹੁਣ ਸਭ ਦੀ ਲਾਡਲੀ ਧੀ ਅਤੇ ਨੂੰ ਸਾਰਿਆਂ ਲਈ ਬੋਝ ਬਣ ਗਈ ਸੀ। ਇਹ ਸੀ ਜੀ ਆਪਣੀ ਅੱਜ ਦੀ ਕਹਾਣੀ। ਜੇ ਤੁਹਾਨੂੰ ਇਹ ਸਾਡੀ ਕਹਾਣੀ ਵਧੀਆ ਲੱਗੀ ਹੋਵੇ ਅਤੇ ਤੁਸੀਂ ਇਸ ਦੇ ਉੱਪਰ 500 ਤੋਂ ਉੱਪਰ ਲਾਈਕ ਕਰ ਦਿੱਤੇ, ਤਾਂ ਆਪਾਂ ਇੱਦਾਂ ਦੇ ਹੀ ਕਨਸੈਪਟ ਦੁਬਾਰੇ ਫਿਰ ਲੈ ਕੇ ਆਉਂਦੇ ਰਹਾਂਗੇ। ਅਤੇ ਸਾਡੀਆਂ ਕਹਾਣੀਆਂ ਸੁਣਨ ਲਈ ਸਾਡੇ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਤੁਹਾਨੂੰ ਇੱਕ ਕੱਲ੍ਹ ਨੂੰ ਨਵੀਂ ਕਹਾਣੀ ਦੇ ਨਾਲ। ਉਦੋਂ ਤੱਕ ਲਈ ਸਾਨੂੰ ਆਗਿਆ ਦਿਓ ਜੀ। ਧੰਨਵਾਦ।